ਲੋਕ ਸਭਾ ਚੋਣਾਂ 2024 ਦਾ ਮਾਹੌਲ ਚੱਲ ਰਿਹਾ ਹੈ, ਜਿੱਥੇ ਕਿ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਿਆ ਹੋਇਆ। ਵੱਖ ਵੱਖ ਹਲਕਿਆਂ ਤੋਂ ਉਮੀਦਵਾਰ ਹਲਕੇ ਦੇ ਵਿੱਚ ਵਿਚਰ ਰਹੇ ਨੇ। ਉੱਥੇ ਹੀ ਨਾਮਜ਼ਦਗੀ ਪੱਤਰ ਦੀ ਪੜਤਾਲ ਵੀ ਚੱਲ ਰਹੀ ਹੈ, ਅਤੇ ਜਿਸ ਦੇ ਬਾਰੇ 17 ਤਰੀਕ ਨੂੰ ਜੋ ਚੋਣ ਨਿਸ਼ਾਨ ਵੀ ਅਲਾਟ ਹੋ ਜਾਣੇ ਨੇ। ਉੱਥੇ ਹੀ ਕੱਲ੍ਹ ਇੱਕ ਅਜਿਹੀ ਖਬਰ ਸਾਹਮਣੇ ਆਈ ਜਿਸ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ। ਪੰਜਾਬ ਦੇ ਵਿੱਚ ਇੱਕ ਵੱਡੇ ਨਿਊਜ਼ ਪੇਪਰ ਵੱਲੋਂ ਇਹ ਖਬਰ ਲਗਾਈ ਗਈ ਕਿ ਲੱਖਾਂ ਸਧਾਣਾ ਦੇ ਜੋ ਨਾਮਜ਼ਦਗੀ ਕਾਗਜ਼ ਨੇ ਉਹ ਰੱਦ ਕਰ ਦਿੱਤੇ ਗਏ ਨੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਨਜ਼ੂਰ ਕਰ ਲਏ ਗਏ ਨੇ। ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਮਨਜ਼ੂਰ ਹੋ ਗਏ ਨੇ ਇਹ ਤਾਂ ਹਰ ਇੱਕ ਨੂੰ ਪਤਾ ਹੀ ਸੀ, ਪਰ ਲੱਖਾਂ ਸਧਾਣਾ ਦੇ ਕਾਗਜ਼ ਰੱਦ ਹੋ ਗਏ ਨੇ, ਇਸ ਗੱਲ ਦੀ ਸਭ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿਉਂਕਿ ਲੱਖਾਂ ਸਧਾਣਾ ਇਸ ਤੋਂ ਪਹਿਲਾਂ ਵੀ ਚੋਣਾਂ ਲੜ ਚੁੱਕਿਆ ਹੈ। ਅਤੇ ਜਦੋਂ ਲੱਖਾਂ ਸਧਾਣਾ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਹੈਰਾਨਗੀ ਜਤਾਈ, ਅਤੇ ਜਦੋਂ ਉਸ ਅਖਬਾਰ ਦੀ ਐਡੀਟਰ ਦੇ ਨਾਲ ਜੋ ਕਿ ਇੱਕ ਲੇਡੀ ਹੈ ਉਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ ਆਪ ਨੂੰ ਇੱਥੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਪਤਾ, ਮੈਂ ਪਤਾ ਕਰਕੇ ਦੱਸਦੀ ਹਾਂ, ਜੋ ਕਿ ਘੜਿਆ ਘੜਿਆ ਇੱਕ ਜਵਾਬ ਹੁੰਦਾ ਹਮੇਸ਼ਾ ਹੀ ਕਿਸੇ ਐਡੀਟਰ ਦਾ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ। ਅਤੇ ਦੋਸਤੋ ਦੱਸ ਦਈਏ ਕਿ ਇੰਨੇ ਵੱਡੇ ਅਖਬਾਰ ਨੂੰ ਆਪਣੀ ਰਿਸਪੋਂਸੀਬਿਲਟੀ ਸਮਝਦੇ ਹੋਏ ਪਹਿਲਾਂ ਇਸ ਤੱਥ ਨੂੰ ਵਾਚਣਾ ਚਾਹੀਦਾ ਸੀ, ਲੱਖਾਂ ਸਧਾਣਾ ਦੀ ਟੀਮ ਦੇ ਨਾਲ ਰਾਬਤਾ ਕਰਨਾ ਚਾਹੀਦਾ ਸੀ। ਉਸ ਤੋਂ ਵੀ ਸਖਾਲਾ ਹੈ, ਨੋ ਯੂਅਰ ਕੈਂਡੀਡੇਟ ਨਾਂ ਦੀ ਇੱਕ ਐਪਲੀਕੇਸ਼ਨ ਹੈ, ਜਾਂ ਫਿਰ ਨੈੱਟ 'ਤੇ ਵੀ ਇਸ ਤਰ੍ਹਾਂ ਦਾ ਕਲੈਰੀਫਿਕੇਸ਼ਨ ਕਰ ਸਕਦੇ ਸੀ, ਇਸ ਨੂੰ ਵੈਰੀਫਾਈ ਕਰ ਸਕਦੇ ਸੀ ਕਿ ਅਸਲ ਦੇ ਵਿੱਚ ਕਾਗਜ਼ ਰੱਦ ਹੋਏ ਵੀ ਹਨ ਜਾਂ ਫਿਰ ਇਹ ਇੱਕ ਫੇਕ ਖਬਰ ਹੈ। ਪਰ ਦੋਸਤੋ ਜੋ ਵੀ ਹੁਣ ਤੱਕ ਸਾਹਮਣੇ ਆਇਆ ਪਤਾ ਲੱਗਿਆ ਕਿ ਲੱਖਾਂ ਸਧਾਣਾ ਦੇ ਕਾਗਜ਼ ਰੱਦ ਨਹੀਂ ਹੋਏ ਹਨ, ਇਹ ਇੱਕ ਫੇਕ ਨਿਊਜ਼ ਸੀ। ਅਤੇ ਦੋਸਤੋ ਉੱਥੇ ਹੀ ਇਸ ਖਬਰ ਤੋਂ ਬਾਅਦ ਲੱਖਾਂ ਸਧਾਣਾ ਇੱਕ ਪਿੰਡ ਦੇ ਵਿੱਚ ਪਹੁੰਚੇ ਜਿੱਥੋਂ ਕਿ ਉਹ ਲਾਈਵ ਆਏ ਇੱਕ ਪਰਿਵਾਰ ਦੀ ਮਦਦ ਦੇ ਲਈ। ਆਓ ਤੁਹਾਨੂੰ ਲੈ ਚੱਲਦੇ ਹਾਂ ਲੱਖਾਂ ਸਧਾਣਾ ਦੀ ਉਸ ਵੀਡੀਓ ਵੱਲ ਵੀ, ਅਤੇ ਜੇਕਰ ਅਜਿਹੀ ਕੋਈ ਘਟਨਾ ਹੋਈ ਹੁੰਦੀ ਤਾਂ ਸ਼ਾਇਦ ਲੱਖਾਂ ਸਧਾਣਾ ਉੱਥੇ ਹੀ ਕਲੀਅਰ ਕਰ ਦਿੰਦੇ ਅਤੇ ਇਸ ਤਰ੍ਹਾਂ ਦੇ ਨਾ ਵਿਚ ਰਹੇ ਹੁੰਦੇ, ਕਿਉਂਕਿ ਜੇਕਰ ਕਾਗਜ਼ ਹੀ ਰੱਦ ਹੋ ਗਏ ਹੁੰਦੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਿਸੇ ਹੋਰ ਤਰੀਕੇ ਦੇ ਨਾਲ ਜੋ ਕਮੀਆਂ ਰਹਿ ਗਈਆਂ ਸਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਭੱਜ ਨੱਠ ਕਰਨੀ ਪੈਣੀ ਸੀ। ਪਰ ਲੱਖਾਂ ਸਧਾਣਾ ਪੂਰੀ ਤਰ੍ਹਾਂ ਹਲਕੇ ਦੇ ਵਿੱਚ ਵਿਚਰ ਰਹੇ ਨੇ। ਇਹ ਸੀ ਇਸ ਵਾਇਰਲ ਹੋ ਰਹੀ ਖਬਰ ਦਾ ਅਸਲ ਸੱਚ। ਤੁਹਾਨੂੰ ਕੀ ਲੱਗਦਾ ਕਿ ਇਸ ਜਿਹੀਆਂ ਖਬਰਾਂ ਫੈਲਾਉਣ ਦੇ ਪਿੱਛੇ ਕਿਸ ਦਾ ਦਿਮਾਗ ਹੋ ਸਕਦਾ, ਜਾਂ ਫਿਰ ਅਣਜਾਣੇ ਦੇ ਵਿੱਚ ਹੋਈ ਗਲਤੀ ਤੁਹਾਨੂੰ ਲੱਗ ਰਹੀ ਹੈ, ਜ਼ਰੂਰ ਕਮੈਂਟ ਕਰਕੇ ਦੱਸਣਾ। ਉਹ ਤੁਹਾਨੂੰ ਲੈ ਚੱਲਦੇ ਲੱਖਾਂ ਸਧਾਣਾ ਦੀ ਇਸ ਖਬਰ ਤੋਂ ਬਾਅਦ ਸਾਹਮਣੇ ਆਈ ਵੀਡੀਓ ਵੱਲ, ਜਿੱਥੇ ਕਿ ਉਹ ਇੱਕ ਪਰਿਵਾਰ ਦੀ ਮਦਦ ਕਰਨ ਦੇ ਲਈ ਪਹੁੰਚੇ। ਤੁਹਾਡੇ ਡਰ ਦਾ ਵੀ ਪਿੰਡ ਦੇ ਦੀਵਾਰ ਚਿੱਟੇ ਵਾਲੇ ਬੈਠੇ ਪਿੰਡ ਵੀ ਗੇੜਾ ਮਾਰ ਸਰਕਾਰ ਬਹੁਤ ਇਨਸਾਫ ਦੇ ਰਹੀ ਹੈ ਲੋਕਾਂ ਨੂੰ, ਧੱਕੇਸ਼ਾਹੀ ਨਹੀਂ ਹੋ ਰਹੀ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਇਹ ਆਏ ਆ। ਆਹ ਦੇਖੋ ਅਸੀਂ ਰਾਜ ਰਾਣੇ ਪਿੰਡ ਖੜੇ ਹਾਂ, ਇਹ ਜਿਹੜੇ ਗਰੀਬ ਪਰਿਵਾਰ ਨੇ ਅੱਜ 10 ਦਿਨ ਹੋ ਗਏ, ਇੱਕ ਮਹੀਨਾ ਹੋ ਗਿਆ ਬਾਈ, ਆਹ ਵਿਚਾਰੇ ਆ ਕਰੀ ਕਰਕੇ ਗੋਡਿਆਂ ਦੀਆਂ ਚੱਪੜੀਆਂ ਸਾਰੀਆਂ ਕਰੀ ਕੀਤੀਆਂ ਪਈਆਂ, ਸਿਰ ਪਾੜਿਆ ਪਿਆ, ਸਿਰ ਪਾਟਿਆ ਪਿਆ, ਗਰੀਬ ਪਰਿਵਾਰ ਆ ਬਾਈ, ਸਾਰੇ ਕਰੀ ਕਰਕੇ ਭੰਨ ਕੇ ਦਿੱਤੇ ਪਿਆ। ਰਾਜ ਰਾਣਾ ਪਿੰਡ ਹੈ, ਨੇੜੇ ਸਰਦੂਰਗੜ੍ਹ ਜ਼ਿਲ੍ਹਾ ਮਾਨਸਾ ਬਾਰਡਰ ਤੇ, ਹਰਿਆਣੇ ਦੇ ਬਾਰਡਰ ਤੇ, ਇਹਨਾਂ ਦੇ ਧੱਕੇ ਨਾਲ ਕਿਸੇ ਨੇ ਜ਼ਮੀਨ ਕਬਜ਼ਾ ਕਣਕ ਇਹਨਾਂ ਨੇ ਬੀਜੀ ਵੱਢ ਕੇ ਉਹ ਲੈ ਗਏ ਰਤੀਏ ਦੇ ਬੰਦੇ,
ਇਹ ਵਿਚਾਰੇ ਬਥੇਰੇ ਫਰਿਆਦ ਕੀਤੀ ਇਹਨਾਂ ਨੇ ਜਾ ਕੇ, ਆ ਜਿਹੜੇ ਕਹਿੰਦੇ ਬੜਾ ਸ਼ਰੀਫ ਐਮ ਐਲ ਏ ਆ ਗੁਰਪ੍ਰੀਤ ਸਿੰਘ ਬਣਾਲੀ, ਉਹਦੇ ਕੋਲ ਵੀ ਜਾ ਕੇ ਪਿੱਟੇ ਆ, ਫਰਿਆਦ ਕੀਤੀ ਇਹਨਾਂ ਨੇ। ਆ ਸੁਣੋ ਆ ਭੈਣਾਂ ਦੇ, ਤੁਸੀਂ ਦੱਸੋ ਵੀ ਕੀ ਕਿਹਾ ਤੁਹਾਨੂੰ? ਮੁੱਖ ਮੰਤਰੀ ਧਿਆਨ ਦੇਊਗਾ ਜਿਹੜੇ ਡਰਾਮੇ ਤੁਸੀਂ ਕਰਦੇ ਹੋ, ਜਿਹੜੇ ਮੁੱਖ ਮੰਤਰੀ ਡਰਾਮੇ ਕਰ ਰਿਹਾ ਤੜਕੇ ਸਟੇਜਾਂ ਤੇ ਗੱਡੀਆਂ ਤੇ, ਕੀ ਇਹਨਾਂ ਪਰਿਵਾਰਾਂ ਦੀ ਸਾਰ ਲੈਣਗੇ? ਕੀ ਇਹ ਸਰਕਾਰ ਨੋਟਿਸ ਲਊਗੀ? ਕੀ ਜ਼ਿਲ੍ਹੇ ਦਾ ਐਸ ਐਸ ਪੀ ਮਾਨਸਾ ਦਾ ਨੋਟਿਸ ਲਊਗਾ? ਇਹ ਰਾਜ ਰਾਣੇ ਪਿੰਡ ਦੀ ਘਟਨਾ, ਸ਼ਰੇਆਮ ਬੰਦੇ ਤਿੰਨ ਬੰਦੇ ਆ ਕਰੀ ਕਰਕੇ ਭੰਨ ਕੇ ਸਿੱਟੇ ਪਏ ਆ, ਤੇ ਉਹ ਬੈਠੇ ਆ 40-50 ਜਾਣੇ ਖੇਤ ਚ ਕੋਠਾ ਪਾਈ, ਕੋਲੇ ਅਸਲਾ ਵੀ ਹੈ, ਜਦੋਂ ਕਿ ਕੋਡ ਲੱਗਿਆ ਵਾ ਪਿੱਛੇ ਆ ਜੀ ਇਸ ਵੇਲੇ ਆਪਣੇ ਇਲੈਕਸ਼ਨ ਕਮਿਸ਼ਨ ਸਾਹਿਬ, ਉਹਨਾਂ ਦੇ ਕੋਈ ਨੋਟਿਸ ਚ ਆਈ ਗੱਲ ਇਹ ਵੀ ਸ਼ਰੇਆਮ ਬੰਦੇ ਖੇਤ ਦੇ ਵਿੱਚ, ਜਦੋਂ ਕਿ ਆਮ ਬੰਦਿਆਂ ਦਾ ਘਰਾਂ ਦੇ ਵਿੱਚੋਂ ਲਾਇਸੈਂਸ ਜਿਹੜੇ ਅਸਲੇ ਲਾਇਸੈਂਸੀ ਅਸਲੇ ਸੀਗੇ ਉਹ ਜਮ੍ਹਾਂ ਕਰਾ ਲਏ, ਉਹਨਾਂ ਕੋਲ 2 ਨੰਬਰ ਦੇ ਹਥਿਆਰ ਨੇ ਤਾਂ ਖੇਡ ਬੈਠੇ ਆ, 40-50 ਬੰਦੇ 2 ਨੰਬਰ ਦੇ ਅਸਲੇ ਲੈ ਕੋਠਾ ਪਾ ਕੇ ਕਬਜ਼ਾ ਕਰੀ ਬੈਠੇ, ਕੋਈ ਸੁਣਵਾਈ ਹੈ? ਪੰਜਾਬ ਦੇ ਲੋਕ ਸਮਝੋ, ਜਿਹੜੇ ਹਾਲੇ ਵੀ ਕਹਿੰਦੇ ਆ ਵੀ ਇਹ ਦਰਵੇਸ਼ ਸਿਆਲਦਾਨ ਆ ਜੀ, ਇਹ ਤਾਂ ਜੀ ਬਹੁਤ ਸ਼ਰੀਫ ਨੇ ਜੀ, ਇਹਦਾ ਧੱਕਾ ਹੀ ਨਹੀਂ ਹੁੰਦਾ ਸਰਕਾਰ ਤਾਂ ਜੀ, ਆਹ ਧੱਕਾ ਤੁਹਾਡੇ ਸਾਹਮਣੇ ਆ। ਜੇ ਕਿਸੇ ਦੀ ਕੋਈ ਕਾਨੂੰਨੀ ਤੌਰ ਦੇ ਉੱਤੇ ਆਪਾਂ ਮੰਨਦੇ ਹਾਂ ਵੀ ਕੋਈ ਕਾਨੂੰਨੀ ਤੌਰ 'ਤੇ ਕਿਸੇ ਦੀ ਕੋਈ ਜ਼ਮੀਨ ਸੀਗੀ ਤਾਂ ਕਾਨੂੰਨੀ ਤੌਰ ਦੇ ਉੱਤੇ